ਸਤਿ ਸ਼੍ਰੀ ਅਕਾਲ ਦੋਸਤੋ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਸਟੇਜ ਤੇ ਨੱਚਦੇ ਨੱਚਦੇ ਪੰਜਾਬੀ ਕਲਾਕਾਰ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਿਮਾਚਲ ਪ੍ਰਦੇਸ਼ ਦੇ ਸੋਨਲ ਜ਼ਿਲ੍ਹੇ ਦੇ ਡੀਜੇ ਚ ਨੱਚਦੇ ਹੋਏ ਅਚਾਨਕ ਇੱਕ ਪੰਜਾਬੀ ਕਲਾਕਾਰ ਦੀ ਮੌਤ ਹੋ ਗਈ ਹੈ ਇੰਜ ਚਾਨਕਲਾਕਾਰ ਦੀ ਮੋਤ ਦਾ ਭਿਆਨਕ ਮੰਜ਼ਰ ਦੇਖਿਆ ਗਿਆ ਹੈ ਤੇ ਹਰ ਕਿਸੇ ਦੀ ਰੂਹ ਕੰਬ ਗਈ ਹੈ ਜਾਣਕਾਰੀ ਮੁਤਾਬਕ ਮਿੱਤਰ ਦੀ ਪਹਿਚਾਨ ਕ੍ਰਿਸ਼ਨਵਾਸੀ 41 ਸਾਲਾ ਵਜੋਂ ਹੋਈ ਦੱਸਿਆ ਜਾ ਰਿਹਾ ਹੈ ਕਿ ਸੋਨਲ ਦੇ ਪਿੰਡ 'ਚ ਕਿਸੇ ਦੇ ਘਰ 'ਚ ਧਾਰਮਿਕ ਪ੍ਰੋਗਰਾਮ ਸੀ ਇਸ 'ਚ ਘਰ ਵਾਲਿਆਂ ਨੇ ਪੰਜਾਬ ਤੋਂ ਇੱਕ ਭਜਨ ਮੰਡਲੀ ਬੁਲਾਈ ਸੀ ਜਿਸ ਤੋਂ 4 ਤੋਂ 5 ਲੋਕ ਸਨ ਕ੍ਰਿਸ਼ਨੌਰਤ ਦੇ ਕਪੜੇ ਪਾ ਕੇ ਆਪਣੇ ਦੋਸਤਾਂ ਨਾਲ ਨੱਚ ਰਿਹਾ ਸੀ ਕਿ اچانک ਡਿੱਗ ਗਿਆ ਜਦੋਂ ਉਸਦੇ ਸਾਥੀ ਨੇ ਉਸ ਨੂੰ ਦੇਖਿਆ ਤਾਂ ਨੱਚਣਾ ਬੰਦ ਕਰ ਦਿੱਤਾ ਕ੍ਰਿਸ਼ਨੌਰ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉੱਠਿਆ ਨਹੀਂ ਪ੍ਰੋਗਰਾਮ ਨੂੰ ਚਾਲੇ ਹੀ ਰੋਕ ਕੇ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੱਸੋ ਦੇ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ